ਹੈਲੋ एवरीवन थैंक्स फॉर वाचिंग योर फेवरेट YouTube ਚੈਨਲ ਆਇਲਸ ਪਲਾਜਾ ਵੈਲਕਮ ਬੈਕ ਇਨ ਅਨਦਰ ਵੀਡੀਓ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਿਹਾ ਹਾਂ ਟਾਸਕ 1 ਦੇ ਕੁਝ ਸਟਰਕਚਰਸ ਜੋ ਕਿ ਤੁਹਾਨੂੰ ਹੈਲਪ ਕਰ ਸਕਦੀਆਂ ਨੇ ਰਾਈਟਿੰਗ ਦੇ ਵਿੱਚ ਚੰਗੇ ਬੈਂਡ ਸਕੋਰ ਲੈਣ ਦੇ ਲਈ ਕਿਉਂਕਿ ਕੁਝ ਬੱਚਿਆਂ ਨੂੰ ਪ੍ਰੋਬਲਮ ਹੁੰਦੀ ਹੈ ਟਾਸਕ 1 ਦੇ ਵਿੱਚ ਉਹਨਾਂ ਨੂੰ ਵੇਰੀਏਸ਼ਨ ਨਹੀਂ ਆਉਂਦੀਆਂ ਟਾਸਕ 2 ਤਾਂ ਉਹ इजीली ਕਰ ਲੈਂਦੇ ਆ ਪਰ ਵੇਰੀਏਸ਼ਨ ਦੀ ਕਮੀ ਹੋਣ ਕਰਕੇ ਉਹਨਾਂ ਦਾ ਬੈਂਡ ਸਕੋਰ ਜਿਹੜਾ ਕਿ ਟਾਸਕ 1 ਦੇ ਵਿੱਚੋਂ ਕਟ ਜਾਂਦਾ ਇਸ ਕਰਕੇ ਉਹਨਾਂ ਦਾ ਬੈਂਡ ਸਕੋਰ ਓਵਰਾਲ ਵੀ ਘਟ ਜਾਂਦਾ ਅੱਜ ਦੀ ਇਸ ਵੀਡੀਓ ਵਿੱਚ ਮੈਂ ਤੁਹਾਡੇ ਨਾਲ ਕੁਝ ਵੇਰੀਏਸ਼ਨ ਹੀ ਸ਼ੇਅਰ ਕਰੂੰਗਾ ਜਾਨੀ ਕਿ ਸਟਰਕਚਰਸ ਹੋ ਗਈਆਂ ਜੋ ਕਿ ਤੁਹਾਨੂੰ ਕਾਫੀ ਹੈਲਪ ਕਰਨਗੀਆਂ ਤੇ ਅੱਗੇ ਚੱਲ ਕੇ ਆਪਾਂ ਹੋਰ ਵੀ ਨਵਾਂ ਨਵਾਂ ਜਿਹੜਾ ਕੰਮ ਆ ਤੁਹਾਡੇ ਅੱਗੇ ਸ਼ੇਅਰ ਕਰਦੇ ਰਾਂਗੇ ਤਾਂ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਉਸ ਤੋਂ ਪਹਿਲਾਂ ਬਸ ਮੈਂ ਇੱਕ ਛੋਟੀ ਜਿਹੀ ਰਿਕਵੈਸਟ ਹੀ ਕਰਨਾ ਚਾਹਣਾ ਵੀ ਜੇ ਤੁਸੀਂ ਫਸਟ ਟਾਈਮ ਚੈਨਲ ਦੇ ਉੱਤੇ ਵਿਜ਼ਿਟ ਕਰ ਰਹੇ ਹੋ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੀ ਫਿਰ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਵੀਡੀਓ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਆਪਣੀ ਪਹਿਲੀ ਸਟ੍ਰਕਚਰ ਦੀ ਪਹਿਲੀ ਸਟ੍ਰਕਚਰ ਹੈ ਜੀ ਦੀ ਪੀਰੀਅਡ ਫਰੋਮ ਜੂਨ ਟੂ ਅਗਸਟ ਐਕਸਪੀਰੀਐਂਸਡ ਸਾਰਪ ਇਨਕਰੀਜ਼ অর ਡਿਕਰੀਜ਼ ਇਨ ਦਾ ਕੰਜ਼ਮਪਸ਼ਨ ਆਫ ਰਾਈਸ ਕੋਈ ਵੀ ਇਨਕਰੀਜ਼ ਹੋ ਸਕਦਾ ਕੋਈ ਸਾਰਪ ਡਿਕਰੀਜ਼ ਹੋ ਸਕਦਾ ਤੁਸੀਂ ਉੱਥੇ ਦੇਖ ਲੈਣਾ ਵੀ ਤੁਹਾਡੇ ਟਾਸਕ ਦੇ ਵਿੱਚ ਕੀ ਆ ਉਹ ਤੁਸੀਂ ਉੱਥੋਂ ਬਾਅਦ ਲਿਖ ਸਕਦੇ ਹੋ ਅੱਗੇ ਚੱਲਦੇ ਹਾਂ ਇਹ ਜਿਹੜੀ ਸੈਕੰਡ ਵੇਰੀਏਸ਼ਨ ਹੈ ਸੈਕੰਡ ਸਟ੍ਰਕਚਰ ਹੈ ਇਹ ਕਾਫੀ ਵਧੀਆ ਸਟ੍ਰਕਚਰ ਹੈ ਮੇਰੀ ਪਰਸਨਲੀ ਫੇਵਰਿਟ ਸਟ੍ਰਕਚਰ ਹੈ ਦੇਖਦੇ ਕਿ ਲਿਖਿਆ ਹੋਇਆ ਵਿਦ ਰਿਗਾਰਡਸ ਟੂ ਚਾਈਨਸ ਪੋਪੂਲੇਸ਼ਨ ਇਟ ਬੀਗਨ ਐਟ ਅਰਾਊਂਡ 30000 ਇਨ 1990 ਦੈਨ ਪੀਕਡ ਐਟ 50000 ਇਨ 2000 ਬਿਫੋਰ ਡਿਕਰੀジング ਡਰਾਮੈਟਿਕਲੀ ਟੂ 35000 ਇਨ 2000 ਇਨ 2001 ਮਤਲਬ ਕਿ ਤਿੰਨ ਤਰੀਕੇ ਦੇ ਡਾਟਾ ਨੂੰ ਕਵਰ ਕੀਤਾ ਗਿਆ ਜਾਨਕੀ ਇੱਕ ਚੀਜ਼ ਤੋਂ ਫਿਗਰ ਸ਼ੁਰੂ ਹੋਈ ਸੀ ਉਸ ਤੋਂ ਬਾਅਦ ਉਹ ਪੀਕ ਪੁਆਇੰਟ ਦੇ ਉੱਤੇ ਗਈ 50000 ਦੇ ਉੱਤੇ ਅ ਡਿਕਰੀ ਡਰਾਮੈਟਿਕਲੀ ਡਿਕਰੀਸ ਹੋਣ ਤੋਂ ਪਹਿਲਾਂ ਤੇ ਜਦੋਂ ਡਿਕਰੀਸ ਹੋਈ ਉਹਦਾ ਡਾਟਾ ਨਾਲ ਮੈਂਸ਼ਨ ਕਰ ਦਿੱਤਾ ਇੱਥੇ ਜਿਹੜਾ ਪੀਕ ਪੁਆਇੰਟ ਦੀ ਗੱਲ ਕੀਤੀ ਗਈ ਆ ਜੇ ਤੁਹਾਡਾ ਜਿਹੜਾ ਮਿਡ ਵਾਲਾ ਪੁਆਇੰਟ ਬੀਕ ਪੁਆਇੰਟ ਹੈ ਤਾਂ ਤੁਸੀਂ ਲਿਖ ਸਕਦੇ ਹੋ ਅਦਰਵਾਈਜ਼ ਤੁਸੀਂ ਰੀਚਡ ਐਟ ਵੀ ਲਿਖ ਸਕਦੇ ਹੋ ਵੀ ਰੀਚਡ ਐਟ 50000 ਠੀਕ ਹੈ ਜੋ ਵੀ ਤੁਸੀਂ ਧਿਆਨ ਦੇ ਨਾਲ ਕਰ ਲਓ ਉੱਥੇ ਤੇ ਆਪਣੀ ਜਿਹੜੀ ਥਰਡ ਸਟਰਕਚਰ ਹੈ ਇਨੀਸ਼ੀਏਟਿੰਗ ਐਟ 20% ਇਨ 1990 ਐਂਡ ਡਿਕਰੀジング ਟੂ 10% ਇਨ 2000 ਦੀ ਪਰਸੈਂਟੇਜ ਆਫ ਚਾਈਨਾਸ ਪੋਪੂਲੇਸ਼ਨ ਇਨਕਲਾਈਨ ਟੂ 50% ਇਨ 2005 ਤਾਂ ਇੱਥੇ ਵੀ ਤਿੰਨ ਤਰੀਕੇ ਦੇ ਡਾਟਾ ਨੂੰ ਆਪਾਂ ਕਵਰ ਕਰ ਦਿੱਤਾਗਾ ਜਾਨੀ ਕਿ ਜਿਆਦਾ ਡਾਟਾ ਨੂੰ ਆਪਾਂ ਬਹੁਤ ਹੀ ਘੱਟ ਲਾਈਨਾਂ ਦੇ ਵਿੱਚ ਕਵਰ ਕਰਨਾ ਇਹ ਹੁੰਦੀ ਹੈ ਤੁਹਾਡੀ ਟਾਸਕ 1 ਦੀ ਸਕਿੱਲ ਇਸ ਨੂੰ ਚੈੱਕ ਕੀਤਾ ਜਾਂਦਾ ਤੁਹਾਡੀ ਟਾਸਕ 1 ਦੇ ਵਿੱਚ ਹੁਣ ਇਸ ਨੂੰ ਜਿਹੜਾ ਤੁਸੀਂ ਡਾਟਾ ਨੂੰ ਕਵਰ ਕਰਨਾ ਉਹ ਅਲੱਗ-ਅਲੱਗ ਵੇਰੀਏਸ਼ਨ ਦੇ ਨਾਲ ਹੀ ਕਰਨਾ ਇਹ ਹੀ ਫਿਰ ਅਸਲੀ ਖੇਡ ਹੈ ਜੇ ਤੁਸੀਂ ਕਰ ਪਾਉਨੇ ਹੋ ਤਾਂ ਵਧੀਆ ਬੈਂਡ ਸਕੋਰ ਲੈਣ ਤੋਂ ਤੁਹਾਨੂੰ ਕੋਈ ਵੀ ਨਹੀਂ ਰੋਕ ਸਕਦਾ likewise approximate 90 grams of margarin was eaten in the first year after which the figure fluctuate slightly and drop to a low of 40 grams in 2007 eh jehdi structure oh kithhe kam augi eh structure utthe kam augi man lo bhi ik jagah to tohaada data shuru hunda us to jehdi figure ho fluctuate karde a ਅਲਕੀ ਕੋਈ ਬਹੁਤਾ ਵੱਡਾ ਡਿਫਰੈਂਸ ਨਹੀਂ ਹੈਗਾ 1 2 4 5 ਪੁਆਇੰਟਾਂ ਦਾ ਡਿਫਰੈਂਸ ਆ ਤੇ ਉਸ ਤੋਂ ਬਾਅਦ ਤੁਸੀਂ ਜਿੱਥੇ ਉਹ ਲਾਸਟ ਵਾਲਾ ਪੁਆਇੰਟ ਆ ਡ੍ਰੌਪਡ ਟੂ ਅ ਲੋ ਆਫ 40 ਗ੍ਰਾਮਸ 2007 ਉਸ ਤੇ ਉੱਥੇ ਜਾ ਕੇ ਇਹ ਡਾਟਾ ਤੁਸੀਂ ਮੈਂਸ਼ਨ ਕਰ ਸਕਦੇ ਹੋ ਤੇ ਤੁਹਾਡਾ ਇਸ ਦਿਆਂ ਵੀ ਜੇ ਤੁਸੀਂ ਇਹ ਲਾਈਨ ਗ੍ਰਾਫ ਦੇ ਵਿੱਚ ਚੂਜ਼ ਕਰਦੇ ਹੋ ਤਾਂ ਅਪਰੋਕਸੀਮੇਟ ਆਪਾਂ ਕਹਿ ਸਕਦੇ ਹਾਂ ਵੀ ਤੁਹਾਡੀ ਇੱਕ ਲਾਈਨ ਦਾ ਡਾਟਾ ਸਾਰਾ ਇੰਨੀਆਂ 4 5 ਲਾਈਨਾਂ ਦੇ ਵਿੱਚ ਹੀ ਕਵਰ ਹੋ ਜਾਵੇਗਾ ਅੱਗੇ ਚੱਲਦੇ ਆ ਇਹ ਵਾਲੀ ਜਿਹੜੀ ਸਟਰਕਚਰ ਆਏ ਤੁਸੀਂ ਪਾਈ ਗ੍ਰਾਫ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ 바ਰ ਗ੍ਰਾਫ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਟੇਬਲ ਦੇ ਵਿੱਚ ਵੀ ਯੂਜ਼ ਕਰ ਸਕਦੇ ਹੋ ਇਹ ਯੂਜ਼ ਹੋਣੀ ਕਦੋਂ ਆ ਜਦੋਂ ਕੋਈ ਜਿਹੜਾ ਈਅਰ ਆ ਉਹ ਇੱਕ ਸਾਲ ਦੀ ਗੱਲ ਕੀਤੀ ਜਾਵੇ ਜਾਂ ਫਿਰ ਕਿਸੇ ਈਅਰ ਦੀ ਗੱਲ ਨਾ ਕੀਤੀ ਜਾਵੇ ਉਸ ਜਗ੍ਹਾ ਦੇ ਉੱਤੇ ਇਹ ਸਟਰਕਚਰ ਆਪਾਂ ਚੂਜ਼ ਕਰਨੀ ਆ ਇਸ ਸਟਰਕਚਰ ਦਾ ਨਾਮ ਆ ਮੈਨੀ ਟਾਈਮਸ ਪਲੱਸ ਦੈਟ ਆਫ ਸਟਰਕਚਰ ਠੀਕ ਹੈ ਦੇਖਦੇ ਆ ਇਸ ਦੀ ਐਗਜ਼ਾਮਪਲ ਆਪਾਂ ਦੇਖ ਲੈਣੇ ਆ ਪਹਿਲਾਂ ਦੀ ਪਰਸੈਂਟੇਜ ਆਫ ਬॉयਜ਼ ਜਿਹੜੀ ਕਿ 60 ਆ ਵਾਜ 3 ਟਾਈਮਸ ਦੈਟ ਆਫ ਗਰਲਸ ਕਾਫੀ ਦੇਖਣ ਨੂੰ ਸਿੰਪਲ ਲੱਗਦੀ ਆ ਪਰ ਹੈ ਕਾਫੀ ਯੂਜ਼ਫੁਲ ਦੇਖਣ ਨੂੰ ਸਿੰਪਲ ਹੋਣ ਦੇ ਬਾਵਜੂਦ ਤੁਹਾਨੂੰ ਵਧੀਆ ਬੈਂਡਸ ਕੋ ਦਵਾ ਸਕਦੀ ਹੈ ਯਾਨੀ ਕਿ ਪਰਸੈਂਟੇਜ ਜਿਹੜੀ ਬॉयਜ਼ ਦੀ ਆ ਉਹ 3 ਟਾਈਮਸ ਆ ਗਰਲਸ ਦੇ ਜੇ ਜਿਹੜੀ ਪਰਸੈਂਟੇਜ ਆ ਉਹ ਥੋੜੀ ਜੀ ਬॉयਜ਼ ਦੀ ਘੱਟ ਆ ਤਾਂ ਆਪਾਂ ਕੀ ਲਿਖ ਦਾਂਗੇ ਦੀ ਪਰਸੈਂਟੇਜ ਆਫ ਬॉयਜ਼ ਵਾਜ ਜਸਟ ਬਿਲੋ 3 ਟਾਈਮਸ ਦੈਟ ਆਫ ਗਰਲਸ ਠੀਕ ਹੈ ਜੇ ਪਰਸੈਂਟੇਜ ਥੋੜੀ ਜੀ ਜ਼ਿਆਦਾ ਹੋਗੀ ਤਾਂ ਆਪਾਂ ਕੀ ਲਿਖ ਸਕਦੇ ਆ ਦੀ ਪਰਸੈਂਟੇਜ ਆਫ ਬॉयਜ਼ ਵਾਜ ਜਸਟ ਅਬਵ 3 ਟਾਈਮਸ ਯੂਜ਼ ਥੈਟ ਆਫ ਗਰਲਸ ਠੀਕ ਹੈ ਤਾਂ ਤੁਸੀਂ ਮੈਨੂੰ ਲੱਗਦਾ ਵੀ ਤੁਹਾਨੂੰ ਚੰਗੀ ਤਰੀਕੇ ਦੇ ਨਾਲ ਇਹ ਜਿਹੜੇ ਸਟਰਕਚਰ ਨੇ ਸਮਝ ਆ ਗਏ ਹੋਣਗੇ ਅੱਗੇ ਚੱਲਦੇ ਆਂ ਆਪਾਂ the sale rose significantly to 35% in 1960 1996 from 20% in ਇਹ ਵੀ ਵਧੀਆ ਸਟਰਕਚਰ ਹੈ ਦੇ ਇਸ ਨੂੰ ਆਪਾਂ ਹੋਰ ਤਰੀਕੇ ਨਾਲ ਵੀ ਲਿਖ ਸਕਦੇ ਹਾਂ ਦੀ ਸੇਲ ਐਸਕੇਲੇਟਡ ਸਿਗਨੀਫੀਕੈਂਟਲੀ ਬਾਏ 15% ਇਨ 1996 ਹੁਣ ਇਸ ਤਰੀਕੇ ਨੂੰ ਤੁਸੀਂ ਧਿਆਨ ਦੇ ਨਾਲ ਸਮਝਣਾ ਟੂ ਅਤੇ ਫਰੋਮ ਵਾਲੀ ਸਟਰਕਚਰ ਹੈ ਟੂ ਅਤੇ ਫਰੋਮ ਸਭ ਤੋਂ ਪਹਿਲਾਂ ਉਹ ਡਾਟਾ ਮੈਂਸ਼ਨ ਕਰਤਾ ਕਰਤਾ ਜਿਹੜਾ ਕਿ ਬਾਅਦ ਦੇ ਵਿੱਚ ਹੋਇਆ ਜਾਨੀ ਕਿ 1996 ਦਾ ਡਾਟਾ ਪਹਿਲਾਂ ਮੈਂਸ਼ਨ ਕਰਤਾ ਜਿੱਥੇ ਤੁਹਾਡੀ ਉਹ ਜਿਹੜੀ ਲਾਈਨ ਆ ਜੋ ਵੀ ਆ ਪਹੁੰਚੀ ਆ 1996 ਵਿੱਚ ਪਹੁੰਚੀ ਆ ਕਿੱਥੋਂ ਪਹੁੰਚੀ ਆਗੀ 20% ਤੋਂ 20% ਤੋਂ 35 ਦੇ ਵਿੱਚ ਪਹੁੰਚੀ ਹੈਗੀ ਤੇ 35 ਵਾਲਾ ਜਿਹੜਾ ਡਾਟਾ ਉਹ ਪਹਿਲਾਂ ਮੈਂਸ਼ਨ ਕਰਦਾ ਤੇ ਫ੍ਰੋਮ ਲਾ ਕੇ ਲਾਸਟ ਵਾਲਾ ਡਾਟਾ ਤੁਸੀਂ ਬਾਅਦ ਵਿੱਚ ਮੈਂਸ਼ਨ ਕਰ ਦੇਣਾ ਜਾਂ ਫਿਰ ਤੁਸੀਂ ਇਸ ਨੂੰ ਇਸ ਤਰੀਕੇ ਨਾਲ ਲਿਖ ਸਕਦੇ ਹੋ ਦੀ ਸੇਲ ਐਸਕੇਲੇਟਡ ਸਿਗਨੀਫੀਕੈਂਟਲੀ ਬਾਈ 15% ਇਨ 1996 ਯਾਨੀ ਕਿ 15% ਸੇਲ ਇਨਕਰੀਜ਼ ਹੋ ਗਈ ਸੀ ਉਸ ਤੋਂ ਬਾਅਦ ਤੁਹਾਡੀ ਆ ਜਾਂਦੀਆਂ ਜੀ ਲਾਈਨ ਦੇ ਰਿਲੇਟਿਡ ਹੀ ਸਟਰਕਚਰਸ ਨੇ ਇਸ ਵਿੱਚ ਵੀ ਥੋੜੀ ਨੇ ਆ ਜਿਹੜੇ ਸਟਰਕਚਰ ਮੈਂ ਤੁਹਾਡੇ ਨਾਲ ਸ਼ੋਅ ਕੀਤੇ ਆ ਨੇ ਲਾਈਨ ਗ੍ਰਾਫ ਦੇ ਰਿਲੇਟਿਡ ਜਿਆਦਾ ਨੇ ਅੱਗੇ ਚਲ ਕੇ ਹਰ ਇੱਕ ਟਾਈਪ ਦੀਆਂ ਜਿਹੜੀਆਂ ਵੇਰੀਏਸ਼ਨ ਨੇ ਸਟਰਕਚਰ ਨੇ ਮੈਂ ਸ਼ੇਅਰ ਕਰੂੰਗਾ ਇਹ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ ਜਿੱਥੇ ਤੁਹਾਡਾ ਲਾਈਨ ਦਾ ਜਿਹੜਾ ਉਹ ਫਲਕਚੂਏਟ ਹੋ ਰਹੀ ਆ ਫਰੋਮ 1990 ਟੂ 2010 ਥੇਰ ਵਾਸ ਅ ਜਿਗਜੈਗ ਟ੍ਰੈਂਡ ਇਨ ਦਾ ਸੇਲਸ ਆਫ ਕੰਪਿਊਟਰ ਠੀਕ ਹੈ ਸੈਕੰਡ ਕੀ ਹੈ ਦੀ ਰੇਸ਼ਿਓ ਆਫ ਕੰਪਿਊਟਰ ਸੇਲਸ ਫਾਲੋਵਡ ਫਲਕਚੂਏਸ਼ਨ ਟ੍ਰੈਂਡ ਫਰੋਮ 1990 ਤੇ ਲਾਸਟ ਵਾਲੀ ਕੀ ਹੈ ਤੁਹਾਡੀ ਫਰੋਮ 1990 ਟੂ 2000 دی پرسنٹیج اف کمپیوٹر سیلز ਫਾਲੋਡ ਅਪਵਰ ٹرینڈ جی ਤੁਹਾਡਾ ٹرینڈ ਆ ਮਤਲਬ ਕਿ ਅਪਵਰ ٹਰینڈ ਮੈਂ ਤੁਹਾਨੂੰ ਦਿਖਾਉਣਾ ਚਾਹਣਾ ਮੰਨ ਲਓ ਵੀ ਇਹ ਤੁਹਾਡਾ ਗ੍ਰਾਫ ਆ ਇੱਕ ਤੇ ਇੱਕ ਤੁਹਾਡੀ ਲਾਈਨ ਆ ਜਿਹੜੀ ਕਿ ਇਸ ਤਰੀਕੇ ਦੇ ਨਾਲ ਉੱਪਰ ਨੂੰ ਜਾ ਰਹੀ ਆ ਮਤਲਬ ਕਿ ਘਟ ਬੱਧਤ ਰਹੀ ਹੈ ਪਰ ਓਵਰਆਲ ਕਹਿ ਸਕਦੇ ਹਾਂ ਵੀ ਇੱਕ ਅਪਵਰ ਟ੍ਰੈਂਡ ਚੱਲ ਰਿਹਾ ਉਸ ਜਗ੍ਹਾ ਦੇ ਉੱਤੇ ਤੁਸੀਂ ਆਹ ਵਾਲੀ ਸਟਰਕਚਰ ਯੂਜ਼ ਕਰ ਸਕਦੇ ਹੋ ਜਿਹੜੀ ਲਾਸਟ ਵਾਲੀ ਹੈ ਫ੍ਰੋਮ 1992 ਟੂ 2000 ਦੀ ਪਰਸੈਂਟੇਜ ਆਫ ਕੰਪਿਊਟਰ ਸੇਲਸ ਫਾਲੋਡ ਅਪਵਰ ਟ੍ਰੈਂਡ ਇਸੇ ਤਰੀਕੇ ਦੇ ਨਾਲ ਜੇ ਤੁਹਾਡਾ ਜਿਹੜਾ ਟ੍ਰੈਂਡ ਹੈ ਉਹ ਮੰਨ ਲਓ ਵੀ ਡਾਊਨਵਰਡ ਆ ਰਿਹਾ ਕੱਟ ਵੱਧ ਕੇ ਕੱਟ ਵੱਧ ਕੇ ਇਸ ਤਰੀਕੇ ਦੇ ਨਾਲ ਆ ਰਿਹਾ ਤਾਂ ਇਹ ਡਾਊਨਵਰਡ ਟ੍ਰੈਂਡ ਹੋ ਗਿਆ ਕਿਉਂਕਿ ਇਹ ਥੱਲੇ ਨੂੰ ਹੀ ਆ ਰਿਹਾ ਇਸ ਜਗ੍ਹਾ ਦੇ ਉੱਤੇ ਤੁਸੀਂ ਡਾਊਨਵਰਡ ਲਾ ਕੇ ਲਾਸਟ ਵਾਲ ਜਿਹੜੀ ਸਟਰਕਚਰ ਹੈ ਉਹ ਯੂਜ਼ ਕਰ ਸਕਦੇ ਹੋ ਮੈਂ ਉਮੀਦ ਕਰਦਾ ਹਾਂ ਜਿਹੜੀ ਅੱਜ ਦੀ ਇਹ ਵੀਡੀਓ ਤੁਹਾਨੂੰ ਚੰਗੀ ਲੱਗੀ ਹੋਵੇਗੀ ਜੇ ਵੀਡੀਓ ਚੰਗੀ ਲੱਗੀ ਆ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਆਪਣੇ ਫਰੈਂਡਸ ਆਪਣੇ ਫਰੈਂਡਸ ਦੇ ਨਾਲ ਸ਼ੇਅਰ ਵੀ ਕਰ ਸਕਦੇ ਹੋ ਥੈਂਕ ਯੂ ਸੋ ਮੱਚ